ਪਾਰਟੀਆਂ ਤੋਂ ਉੱਪਰ ਉੱਠ ਕੇ, ਕਿਸੇ ਵੀ ਪਾਰਟੀ ਨਾਲ ਤੁਸੀਂ ਸੰਬੰਧਿਤ ਹੋ, ਉਹਨਾਂ ਤੋਂ ਉੱਪਰ ਉੱਠ ਕੇ ਆਪਾਂ ਨੂੰ ਸੋਚਣਾ ਪਊਗਾ। ਆਪਣੀ ਕਿਸਾਨੀ 'ਤੇ ਹੁਣ ਵਾਰ ਹੋਇਆ, ਇਹ ਵਾਰ ਦਾ ਆਪਾਂ ਨੂੰ ਢੁਕਵਾਂ ਜਵਾਬ ਦੇਣਾ ਪਊਗਾ। ਬਿਲਕੁਲ ਬਿਲਕੁਲ, ਜੇ ਅੱਜ ਆਪਾਂ ਪਿੱਛੇ ਰਹਿੰਦੇ ਤਾਂ ਪਿੱਛੇ ਹੀ ਰਹਿ ਜਾਂਗੇ ਜੀ। ਹਾਂਜੀ, ਜੇ ਆਪਾਂ ਨੂੰ ਅੱਜ ਸਰਕਾਰ ਦਬਾਉਂਦੀ ਹੈ ਇੱਥੇ, ਆਪਾਂ ਦਬਕੀ ਰਹਿ ਜਾਣਾ। ਕਿਉਂ? ਸਰਕਾਰਾਂ ਮੁੱਢ ਤੋਂ ਲੈ ਕੇ ਆਪਣੇ 'ਤੇ ਹਮਲੇ ਕਰਦੀਆਂ ਆਈਆਂ ਨੇ, ਆਪਾਂ ਹਮਲਿਆਂ ਦਾ ਜਵਾਬ ਸ਼ਾਂਤੀ ਪੂਰਵਕ ਧਰਨਿਆਂ ਨਾਲ ਦਿੱਤਾ, ਇੱਦਾਂ ਹੀ ਦਿੰਦੇ ਰਹਾਂਗੇ। ਬਿਲਕੁਲ ਸਹੀ ਗੱਲ ਹੈ। ਹਾਂਜੀ, ਅਤੇ ਬਾਕੀ ਹੋਰ ਬਾਈ ਜੀ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ? ਮੈਂ ਤਾਂ ਇਹ ਸੁਨੇਹਾ ਦੇਣਾ ਚਾਹੁੰਦਾ ਬਈ, ਵੱਧ ਤੋਂ ਵੱਧ ਜੋ ਵੀ ਕਿਸਾਨੀ ਨਾਲ ਸੰਬੰਧਿਤ ਹੈ, ਕੋਈ ਵੀ ਮੰਨ ਲਓ ਆਪਾਂ ਜ਼ਿੰਮੇਦਾਰੀ, ਕੋਈ ਵੀ ਕਿਸਾਨ ਨਾਲ ਸੰਬੰਧਿਤ ਹੈ, ਉਹਨੂੰ ਵੱਧ ਚੜ੍ਹ ਕੇ ਇਸ ਅੰਦੋਲਨ 'ਚ ਹਿੱਸਾ ਲੈਣਾ ਚਾਹੀਦਾ। ਠੀਕ ਹੈ ਜੀ। ਇੱਧਰ ਸਾਡੇ ਬਜ਼ੁਰਗ ਜੀ ਨੇ, ਬਜ਼ੁਰਗ ਨੇ, ਇਹਨਾਂ ਨਾਲ ਵੀ ਦੋ ਗੱਲਾਂ ਕਰਦੇ ਹਾਂ। ਬਾਪੂ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਵੀ ਇਹੀ ਗੱਲ ਕਹਿਣਾ ਚਾਹੁੰਦੇ ਹਾਂ। ਠੀਕ ਹੈ ਜੀ, ਕਿਸਾਨੀ ਨਾਲ ਜੁੜ ਕੇ ਕਾਫੀ ਉਹ ਹਟੇ। ਠੀਕ ਹੈ ਜੀ, ਲੈ ਬਾਪੂ ਦੇ ਵੀ ਹੌਸਲੇ ਬੁਲੰਦ ਨੇ, ਕਹਿੰਦੇ ਵੀ ਕਿਸਾਨੀ ਨਾਲ ਜੁੜ ਕੇ ਚੱਕ ਦਿਓ ਫੱਟੇ। 15 ਤੋਂ 20 ਮਿੰਟ ਤੁਹਾਨੂੰ ਦੁਬਾਰਾ ਫੇਰ ਦਿਖਾ ਦਿੰਦੇ ਹਾਂ ਬਾਰਡਰ, 15 ਤੋਂ 20 ਮਿੰਟਾਂ ਦਾ ਸਮਾਂ, ਸਿਰਫ 15 ਤੋਂ 20 ਮਿੰਟਾਂ ਦੇ ਵਿੱਚ ਬਾਰਡਰ ਭੰਨਿਆ ਜਾਊਗਾ। ਪਰ ਫਿਲਹਾਲ ਕਾਲ ਦੀ ਡੇਟ ਕੀਤੀ ਜਾ ਰਹੀ ਹੈ ਸੀਨੀਅਰ ਆਗੂਆਂ ਦੀ, ਉਹਨਾਂ ਦਾ ਲੰਬੇ ਤਜਰਬੇ ਨੇ ਉਹਨਾਂ ਦੇ, ਅਤੇ ਕਰਦੇ ਹਾਂ ਬਾਈ ਨਾਲ ਗੱਲ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਾਰਡਰ ਲਾਇਆ ਇਹਨਾਂ ਨੇ, ਇਹ ਬਾਰਡਰ ਇਸੇ ਦੇਸ਼ ਦੇ ਕਿਸਾਨ ਆ, ਅਤੇ ਸਾਨੂੰ ਦਿੱਲੀ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ? ਅਸੀਂ ਕੋਈ ਬਹਿ ਕੇ ਸਾਨੂੰ ਇੱਕ ਥਾਂ 'ਤੇ ਧਰਨਾ ਲਾਉਣ ਦੇਣ ਦਿੱਲੀ ਜਾਣ ਵਾਸਤੇ ਸਾਨੂੰ ਥਾਂ, ਇਹ ਹਾਈ ਕੋਰਟ ਨੇ ਇਹੋ ਦੱਸਿਆ, ਆਖਿਆ ਵੀ ਕਿਸਾਨਾਂ ਨੂੰ ਦਿੱਲੀ ਜਾਣ ਦਿੱਤਾ ਜਾਵੇ, ਅਤੇ ਇਹਨਾਂ ਨੂੰ ਵੱਖਰਾ ਥਾਂ ਦੇ ਕੇ ਆਪਣਾ ਧਰਨਾ ਲਾਉਣ ਦਾ ਬਾਕੀ ਕਿਸਾਨ ਪੀਸਫੁੱਲੀ ਧਰਨਾ ਕਰ ਰਹੇ ਨੇ ਜੀ, ਬੈਠ ਕੇ ਇੱਕ ਥਾਵੇਂ ਆਪਾਂ ਸ਼ਾਂਤੀ ਪੂਰਵਕ ਧਰਨਾ ਚਲਾ ਰਹੇ ਹਾਂ, ਫਿਰ ਵੀ ਉਸ ਤੋਂ ਕਿਉਂ ਡਰਿਆ ਜਾ ਰਿਹਾ? ਸਰਕਾਰਾਂ ਨੂੰ ਕੀ ਡਰ ਹੈ? ਇਹ ਸਰਕਾਰਾਂ ਨੂੰ ਤੇ ਕੋਈ ਹੋਰ ਡਰ ਹੋਣਾ ਚਾਹੀਦਾ, ਕਿਸਾਨਾਂ ਕੋਲ ਕਾਹਦਾ ਡਰ ਆ? ਜਿਹੜੇ ਸਾਰੇ ਦੇਸ਼ ਦਾ ਢਿੱਡ ਪਾਲਦੇ ਆ ਉਹਨਾਂ ਕੋਲ ਕਾਹਦਾ? ਕਿਸਾਨਾਂ ਕੋਲ ਸਿਰਫ ਇੱਕ ਡੰਡਾ ਤੇ ਇੱਕ ਝੰਡਾ, ਝੰਡਾ ਹੋਰ ਕੋਈ ਚੀਜ਼ ਨਹੀਂ, ਹੋਰ ਕੋਈ ਚੀਜ਼ ਨਹੀਂ ਹੈਗੀ, ਚੀਜ਼ ਨਹੀਂ ਆ ਸਾਡੇ ਕੋਲ। ਤੇ ਸਰਕਾਰਾਂ ਨੂੰ ਕੋਈ ਹੋਰ ਡਰ ਹੋਊਗਾ? ਕਿਸਾਨਾਂ ਕੋਲ ਡਰਨਾ ਨਹੀਂ ਚਾਹੀਦਾ, ਕਿਸਾਨ ਤੇ ਢਿੱਡ ਪਾਲਣ ਡਿਆ ਸਾਰੇ ਦੇਸ਼ ਦਾ। ਹਾਂਜੀ, ਤੇ ਕਿਸਾਨਾਂ ਦੇ ਡੰਡੇ ਅਥਰੂ ਗੈਸ ਚਲਾਉਣ ਡਿਆ, ਬੰਬ ਚਲਾਉਣ ਡਿਆ ਆ, ਦੱਸੋ ਇਹ ਕਿ ਕਿਸਾਨ ਨੇ ਅੱਤਵਾਦੀ ਥੋੜਾ ਕੋਈ? ਤੇ ਇੱਕ ਮੰਦਭਾਗੀ ਘਟਨਾ ਜੀ, ਆਪਣੀ ਸਿੰਘੂ ਬਾਰਡਰ ਤੇ ਵੀ ਇੱਕ ਬਜ਼ੁਰਗ ਸ਼ਹੀਦ ਹੋ ਗਏ, ਉਹਨਾਂ ਦੇ ਵੀ ਅਥਰੂ ਗੈਸ ਦੇ ਗੋਲੇ ਚਲਾਏ ਗਏ ਸੀ, ਤੇ ਉਹ ਵੀ ਇਸ ਖੱਟਰ ਸਰਕਾਰ ਦੀ ਵਜ੍ਹਾ ਨਾਲ ਉਹਨਾਂ ਦੀ ਅੱਜ ਸ਼ਹੀਦੀ ਹੋਈ ਹੈ। ਹਾਂਜੀ, ਉਹਨਾਂ ਨੂੰ ਜਦੋਂ ਬੰਬ ਡਿੱਗੇ ਨੇ ਉਹਨਾਂ ਦੇ ਗੈਸ, ਉਹਨਾਂ ਨੂੰ ਅਟੈਕ ਦੀ ਸ਼ਿਕਾਇਤ ਹੋਈ ਹੈ। ਠੀਕ ਹੈ, ਉਹਦੇ ਨਾਲ ਹੀ ਉਹ ਮੌਤ ਹੋ ਗਈ। ਠੀਕ ਹੈ ਜੀ, ਧੰਨਵਾਦ ਬਾਬਾ ਜੀ। ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਦੋਂ ਆਗੂ